ਮਾਮਲਾ ਲੁਧਿਆਣਾ ਦੇ ਮਿਲਰਗੰਜ ਇਲਾਕੇ ਦਾ ਹੈ, ਜਿੱਥੇ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਮੋਟਰਸਾਈਕਲ ਸਵਾਰ ਵਿਅਕਤੀਆਂ ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ 100 ਦੇ ਕਰੀਬ ਟਾਂਕੇ ਵੀ ਲੱਗੇ ਨੇ, ਜਿਸ ਦੀ ਸਾਰੀ ਵਾਰਦਾਤ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਦੱਸ ਦਈਏ ਕਿ ਹਥਿਆਰਬੰਦ ਨੌਜਵਾਨਾਂ ਨੇ ਮੋਟਰਸਾਈਕਲ ਨੂੰ ਜਾਂਦੇ ਸਮੇਂ ਅੱਗ ਵੀ ਲਗਾ ਦਿੱਤੀ। ਉਧਰੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਲੜਕੀ ਦਾ ਵਿਆਹ ਕਰੀਬ 3 ਸਾਲ ਪਹਿਲੇ ਹੋਇਆ ਸੀ। ਅਰਦੇ ਬੇਟਾ ਹੋਣ ਤੋਂ ਬਾਅਦ ਉਸਦੇ ਸਸੁਰਾਲ ਵਾਲੇ ਉਸਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ, ਜਿਸ ਦੇ ਚੱਲਦੇ ਪੀੜਿਤ ਲੜਕੀ ਆਪਣੇ ਮਾਇਕੇ ਆ ਗਈ ਅਤੇ ਇਸ ਦੇ ਚੱਲਦੇ ਉਸਦੇ ਸਹੁਰੇ ਪਰਿਵਾਰ ਵੱਲੋਂ ਲੜਕੇ ਨੂੰ ਲੈਣ ਦੀ ਮੰਗ ਕੀਤੀ ਗਈ। ਨਾ ਦੇਣ ਤੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਤੇ ਮੇਰੇ ਬੱਚੇ ਨੂੰ ਦਾਰੂ ਪਿਲਾਉਂਦੇ ਨੇ, ਨਾਲੇ ਮੀਟ ਖਿਲਾਉਂਦੇ ਨੇ ਕਿ ਡੋਡੇ ਕਹਿੰਦੇ ਦੇ ਦਈਏ, ਘੋਲ ਘੋਲ ਕੇ ਜਵਾਕ ਨੂੰ ਦਿੰਦੇ ਨੇਗੇ। ਮੈਂ ਉਹਨਾਂ ਨੂੰ ਕਿਹਾ ਕਿ ਵੀ ਆਹ ਕੰਮ ਨਹੀਂ ਕਰਨਾ ਹੈਗਾ, ਫਿਰ ਮੈਨੂੰ ਸਾਰੇ ਕੁੱਟਣ ਪੈ ਜਾਂਦੇ ਸੀਗੇ। ਜਦੋਂ ਮੈਨੂੰ ਕੁੱਟਣ ਪੈ ਜਾਂਦੇ ਸੀਗੇ ਫਿਰ ਮੈਂ ਉਹਨਾਂ ਨੂੰ ਕੀ ਦੱਸਦੀ? ਮੈਂ ਆਪਣੇ ਮਾਂ ਬਾਪਾਂ ਨੂੰ, ਮੇਰੇ ਤੋਂ ਫੋਨ ਖੋਹ ਲਿਆ ਉਹਨਾਂ ਨੇ, ਮੇਰੇ ਤੋਂ ਮੈਨੂੰ ਜਿੰਦੇ ਵੀ ਲਾ ਲਏ। ਹਾਂਜੀ, ਮੇਰੇ ਤੋਂ ਮੁੰਡਾ ਕੌਣ ਆਏ ਸੀਗੇ? ਮੇਰੀ ਨਣਦੇ ਦੇ ਬੱਚਾ ਨਹੀਂ ਹੁੰਦਾ, ਉਹਦੇ 8 ਸਾਲ ਵਿਆਹ ਨੂੰ ਹੋ ਗਏ, ਮੇਰੇ ਤੋਂ 20,000 ਰੁਪਇਆ ਕਹਿੰਦੇ ਲੈ ਲਾ, ਮੈਨੂੰ ਮੁੰਡਾ ਦੇ ਦੇ। ਮੈਂ ਕਿਹਾ ਮੈਂ ਨਹੀਂ ਦੇਣਾ ਮੁੰਡਾ ਆਪਣਾ। ਅਤੇ ਮੇਰੇ ਤੋਂ ਮੁੰਡਾ ਮੰਗਦੇ ਨੇ ਕਿ ਮੇਰੇ ਘਰ ਆ ਕੇ ਮੇਰੇ ਹਮਲਾ ਕੀਤਾ, ਮੇਰੇ 'ਤੇ ਪੈਟਰੋਲ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਅਤੇ ਇਸ ਤੋਂ ਬਾਅਦ ਮੇਰੇ ਸਾਡੇ ਘਰ ਦੇ ਮਤਲਬ ਸਾਰੇ ਮੁੰਡੇ ਬਚਾਉਣ ਆਏ ਮੈਨੂੰ, ਅਤੇ ਉਹਨਾਂ ਮਚਾਉਣ ਆਏ ਅਤੇ ਸਾਡੇ ਜਾਂਦੇ ਜਾਂਦੇ ਇੱਟਾਂ ਮਾਰਨ ਲੱਗ ਗਏ, ਰੋੜੇ ਮਾਰਦੇ, ਅਤੇ ਉਹ ਮੁੰਡੇ ਨਾਲ ਨਜਾਇਜ਼ ਹੋਈ। ਉਹਨਾਂ ਦਾ ਕੋਈ ਕਸੂਰ ਨਹੀਂ ਸੀ ਮੁੰਡੇ ਵੀਰੇ ਦਾ। ਪੱਟੀ ਪੁੱਟੀ ਕਰਾ ਕੇ ਪਰਚਾ ਕਰਾ ਕੇ ਵਾਪਸ ਆ ਰਹੇ ਸੀ। ਉਹ ਮੁੰਡੇ ਇਨੋਵਾ ਵਿੱਚ ਸੀ, 12-13 ਮੁੰਡੇ ਜੀ, ਗੁੰਡੇ ਸੀ ਪੂਰੇ ਗੁੰਡੇ। ਅਸੀਂ ਵੀਡੀਓ ਦੇਖੀ ਆ, ਪੂਰੇ ਗੁੰਡੇ ਸੀ। ਉਹਨਾਂ ਨੇ ਐਡੇ ਐਡੇ ਹਥਿਆਰ ਕੱਢੇ, 2 ਮੁੰਡੇ ਪਿੱਛੇ ਬੈਠੇ ਸੀ, ਉਹਨਾਂ ਨੂੰ ਤਾਂ ਭੱਜਣ ਦਾ ਮੌਕਾ ਮਿਲ ਗਿਆ। ਉੱਤੋਂ ਮੋਟਰਸਾਈਕਲ ਹੀ ਨਹੀਂ ਸੰਭਾਲਿਆ ਗਿਆ ਮੇਰੇ ਭਰਾ ਤੋਂ। ਉਹਨਾਂ ਨੇ ਐਡੇ ਐਡੇ ਹਥਿਆਰ ਪੈਂਦੇ ਸਾਰੀ ਮਾਰਨੇ ਸ਼ੁਰੂ ਕਰਤੇ। ਮੇਰੇ ਭਰਾ ਨੇ ਮੈਨੂੰ ਪੂਰੀ ਸਟੋਰੀ ਦੱਸੀ, ਉੱਤੋਂ ਬੋਲਿਆ ਨਹੀਂ ਸੀ ਜਾਂਦਾ। ਕਹਿੰਦਾ ਭੈਣੇ ਮੇਰੀ ਮਾਂ ਫੜੀ ਉਹਨੇ, ਕਹਿੰਦਾ ਪਹਿਲਾਂ ਇੱਦਾਂ ਟੱਕ ਮਾਰੇ ਵੱਡੇ ਵੱਡੇ, ਕਹਿੰਦੇ ਇਹਨੂੰ ਸਾਲੇ ਦੀ ਪਹਿਲਾਂ ਬਾਂਹ ਤੋੜਨੀ ਆ, ਟੱਕ 5-6 ਮਾਰੇ ਇੱਦਾਂ ਜ਼ੋਰ ਜ਼ੋਰ ਕੇ। ਕਹਿੰਦਾ ਜਦੋਂ ਮੈਂ ਕਿਹਾ ਹੋਸਪਿਟਲ 'ਚ ਜੀ ਦੇਖਿਆ ਨਹੀਂ ਜਾਂਦਾ, ਕਹਿੰਦਾ ਮੈਂ ਕਿਹਾ ਵੀਰੇ ਮੇਰੀ ਬਾਂਹ ਟੁੱਟ ਗਈ ਵੀਰੇ, ਹੁਣ ਟੁੱਟ ਗਈ, ਹੁਣ ਤਾਂ ਮੈਨੂੰ ਛੱਡ ਦੇ। ਕਹਿੰਦਾ ਮਜ਼ਾ ਨਹੀਂ ਆਉਂਦਾ, ਮਜ਼ਾ ਨਹੀਂ ਆਉਂਦਾ, ਬੰਦਾ ਸਰਦਾਰ ਜਿਹਾ, ਉਹਦੇ ਇੱਥੇ ਨੱਕ 'ਤੇ ਥੋੜ੍ਹਾ ਜਿਹਾ ਨਿਸ਼ਾਨ ਆ, ਕਹਿੰਦਾ ਸਾਨੂੰ ਮਜ਼ਾ ਨਹੀਂ ਆਇਆ। ਫਿਰ ਉਹਨਾਂ ਨੇ ਕੀ ਕੀਤਾ, ਉਹਦੇ ਸਿਰ 'ਤੇ ਕੁਰਬਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਭਾਅ ਜੀ, ਉਹਦੇ ਸਿਰ ਬਾਈਕ ਮੁੱਦੀ ਕਰਕੇ ਜੋ ਪਹਿਲਾਂ ਪੈਟਰੋਲ ਕੱਢਿਆ, ਫਿਰ ਉੱਤੇ ਅੱਗ ਲਾ ਦਿੱਤੀ ਜੀ, ਕਿਸ਼ਤਾਂ 'ਤੇ ਖਰੀਦੀ ਸੀ ਜੀ। ਅਸੀਂ ਪੂਰਾ ਇਨਸਾਫ਼ ਚਾਹੁੰਦੇ ਹਾਂ, ਉਹਨਾਂ ਨੂੰ ਸਜ਼ਾ ਮਿਲੇ। ਉੱਥੇ ਪੁਲਿਸ ਵੱਲੋਂ CCTV ਕੈਮਰਾ ਦੇ ਆਧਾਰ 'ਤੇ ਵੱਖ ਵੱਖ ਧਾਰਾਵਾਂ ਦੇ ਚੱਲਦੇ ਮਾਮਲਾ ਦਰਜ ਕਰ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਉਹਦੇ ਵਿੱਚ ਪਹਿਲਾਂ ਹੀ ਮੁਕੱਦਮਾ ਨੰਬਰ 101-2519 ਦਾ 307 ਅਤੇ ਹੋਰ ਧਾਰਾਵਾਂ ਦੇ ਤਹਿਤ ਦਰਜ ਹੋ ਗਿਆ, ਜਿਹਦੇ ਵਿੱਚ ਅਸੀਂ 3 ਦੋਸ਼ੀ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ, ਅਤੇ ਉਸ ਤੋਂ ਬਾਅਦ ਬਾਕੀ ਜਿਹੜੇ ਰਹਿੰਦੇ ਉਹਨਾਂ 'ਤੇ ਰੇਡ ਕੀਤਾ ਜਾਂਦਾ ਰਿਹਾ। ਕੋਈ ਤਫਤੀਸ਼ ਚੱਲ ਰਹੀ ਆ, ਅਤੇ ਜਲਦੀ ਤੋਂ ਜਲਦੀ ਉਹ ਫੜ ਕੇ ਉਹਨਾਂ ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਜਾਊਗਾ। ਪਤਾ ਲੱਗਿਆ ਅਤੇ ਉਹਦੇ ਵਿੱਚ ਆਈ ਆ ਗੱਲ ਸਾਹਮਣੇ ਵੀ ਉਹਨੂੰ ਵੀ ਲਾਈ ਆ, ਤਾਂ ਹੀ ਅਸੀਂ ਉਹ 'ਚ ਧਾਰਾ ਲਾਈ ਆ, ਇਹ 435 ਧਾਰਾ ਲਾਈ ਆ ਉਹਦੇ ਵਿੱਚ,
ਅਤੇ ਨੁਕਸਾਨ ਦੀ ਲਾਈ ਹੈ 427 307 ਹੈ 323 325 341 148 149 ਅਤੇ 8-9 ਧਾਰਾ ਲੱਗੀ। ਸੀਵਨ ਨਿਊਜ਼ ਦੇ ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ।